ਜਿਹੜੀ 9500 ਦੀ ਕਹਿ ਰਹੇ ਸੀਗੇ ਇਹੀ ਉਹ ਆਹ ਵਾਲੀ ਹੈਗੀ ਠੀਕ ਹੈ ਜਿਹੜੀ ਉਹ ਜੌਨ ਡੀਅਰ ਦੇ ਲੱਗਰੀ ਆ ਤੇ ਆਹ ਨੀਚੇ ਜੀ ਫੋਰ ਸਟਾਰ ਇਹ ਬਿਨਾਂ ਪੇਂਟ ਕੀਤੀਆਂ ਜਿਵੇਂ ਛਤਰੀਆਂ ਪਹਿਲਾਂ ਜਦੋਂ ਤਿਆਰ ਕਰਨ ਤੋਂ ਬਾਅਦ ਇਹ ਬਾਅਦ 'ਚ ਜਿਵੇਂ ਔਰਡਰ ਹੁੰਦਾ ਜਿਹੜੀ ਚੀਜ਼ ਦਾ ਉਹੀ ਪੇਂਟ ਮਾਰ ਕੇ ਉਹੀ ਟਰੈਕਟਰ ਦੇ ਨਾਲ ਦਾ ਪੇਂਟ ਮਾਰ ਦਿੱਤਾ ਜਾਂਦਾ ਜੇ ਜਿਵੇਂ ਫੋਰਡ ਆ ਤਾਂ ਚਿੱਟੀ ਕਰ ਦਿੰਦੇ ਫਾਰਮ ਟਰੈਕ ਹੈ ਅਤੇ ਜੇ ਜੌਨ ਡੀਅਰ ਆ ਤਾਂ ਹਰੀ ਯੂ ਵੀ ਇਹ ਵਾਲੀ ਲੱਗੂ ਯੂ ਇਹ ਫੋਲਡਿੰਗ ਦਾ 1000 ਰੁਪਇਆ ਲੱਗ ਗਿਆ ਇਹਦਾ ਜੇ ਫੋਲਡਿੰਗ ਵਾਲਾ ਤਾਂ ਉਹਦਾ 1000 ਰੁਪਇਆ ਲੱਗ ਗਿਆ ਜੇ ਸਿੰਪਲ ਹੈ ਉਹਦਾ 1000 ਰੁਪਇਆ ਪਰ ਉੱਪਰ ਚੱਲ ਰਹੀ ਹੈ ਐਲਈਡੀ ਹਾਂਜੀ ਉਹ 8000 ਰੁਪਏ 8000 ਰੁਪਏ ਦੀ ਕੱਲੀ ਆ ਜਿਹੜੀ ਉਹਦੇ ਕੱਪੜੇ ਵਾਲੀਆਂ ਛਤਰੀਆਂ ਜਿਹੜੀਆਂ ਆਪਣੀਆਂ ਲਾ ਲਓ ਵੀ ਮੇਨ ਛਤਰੀਆਂ ਜਿੱਥੋਂ ਜਿਹੜੀ ਚੀਜ਼ਾਂ ਤੋਂ ਸ਼ੁਰੂਆਤ ਹੋਈ ਜੀ ਹਾਂਜੀ ਹਾਂ ਜਿਹੜੀ ਚੀਜ਼ਾਂ ਤੁਹਾਡੀ ਸ਼ੁਰੂਆਤ ਹੋਈ ਪਹਿਲਾਂ ਛਤਰੀ ਤੋਂ ਇੱਕ ਬੰਦਾ ਰੱਖਿਆ ਜੀ ਜਦੋਂ ਕੰਮ ਸ਼ੁਰੂ ਕੀਤਾ 1980 'ਚ ਅੱਛਾ ਜੀ ਬਾਕੀ ਸਾਰਾ ਕੰਮ ਆਪ ਕਰਦਾ ਸਾਰੇ ਪਾਰਟਸ ਪਾਏ ਨੇ ਆ ਜਿਹੜੇ ਇਹਦੇ ਆਹ ਪਾਏ ਨਾ ਆਪਾਂ ਨੇ ਸਪੈਂਡਲ ਅਤੇ ਹੱਬ ਫਾਰਮ ਟਰੈਕ 50 ਵਾਲੀ ਪਾਈ ਹੈਗੀ ਇਹ ਇਹਦੇ ਨਾਲ ਆਹ ਦੇਖੋ ਗੁੱਡ ਲਾਉਣ ਦੀ ਲੋੜ ਨਹੀਂ ਹਾਂਜੀ ਦੋਸਤੋ ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਵੀਡੀਓ ਬੰਪਰਾਂ ਦੀ ਬੰਪਰ ਯਾਰ ਫਾਈਨਲ ਕਰਨਾ ਬਹੁਤ ਔਖਾ ਬਾਈ ਟਰੈਕਟਰ ਵਾਸਤੇ ਆਪਣੇ ਫੋਰਡ 3600 ਜਿਹੜੇ ਵੀ ਤਿਆਰ ਹੋ ਰਹੇ ਨੇ ਹਰੇਕ ਟਰੈਕਟਰ ਵਾਸਤੇ ਆਪਾਂ ਨੂੰ ਐਂ ਲਾ ਲਓ ਵੀ ਸੋਚਣਾ ਪੈਂਦਾ ਯਾਰ ਵੀ ਕਿਹੜਾ ਬੰਪਰ ਲਾਈਏ ਕਿਉਂਕਿ ਕਈ ਚੀਜ਼ਾਂ ਇੱਕ ਤਾਂ ਜੇ ਤਾਂ ਨਾਮ ਲਿਖਣਾ ਹੁੰਦਾ ਮੂਹਰੇ ਜਾਂ ਗੋਤ ਲਿਖਣਾ ਹੁੰਦਾ ਉੱਥੇ ਵੀ ਚੱਕਰ ਪੈਂਦਾ ਹੈਗਾ ਕਈ ਭਰਾਵਾਂ ਨੂੰ ਵੇਟ ਪਸੰਦ ਨੇ ਵੀ ਮੂਹਰੇ ਵੇਟ ਲਾ ਦਿਉ ਉਹ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਅਤੇ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਪੈਂਦਾ ਹੈਗਾ ਵੀ ਉਹਦੀ ਜਿੰਨੀ ਆਪਾਂ ਨੇ ਮਿਹਨਤ ਕੀਤੀ ਉਹਦੀ ਫਰੰਟ ਗ੍ਰਿਲ 'ਤੇ ਉਹਦੀ ਜਾਲੀ ਬਣਾਉਣ 'ਤੇ ਮਿਹਨਤ ਕੀਤੀ ਹੈ ਉਹ ਚੀਜ਼ ਲੁੱਕ ਨਾ ਜਾਵੇ ਉਹ ਚੀਜ਼ ਕਵਰ ਨਾ ਹੋ ਜਾਵੇ ਉਹਨੂੰ ਧਿਆਨ 'ਚ ਰੱਖਦੇ ਹੋਏ ਬੰਪਰ ਸਿਲੈਕਟ ਕਰਨਾ ਪੈਂਦਾ ਅਤੇ ਅੱਜ ਮੈਂ ਇੱਕ ਸਮਾਨ ਆਇਆ ਹੋਇਆ ਜੀ ਬਾਈ ਮਹਿੰਦਰਾ ਸਮਾਨ ਆ ਇਹ ਫੇਮਸ ਨੇਗੇ ਉਰੇ ਬੰਪਰ ਬਣਾਉਂਦੇ ਨੇ ਅਤੇ ਇਹਨਾਂ ਤੋਂ ਆਪਣੇ ਆ ਦੋ ਬੰਪਰ ਖਰੀਦੇ ਨੇਗੇ ਅਤੇ ਇਹਦੀ ਇਹ ਘਰ ਜਾ ਕੇ ਇਹਨਾਂ ਦੀ ਡਿਟੇਲ ਦੱਸੂੰਗਾ ਕਿਹੜੇ ਕਿਹੜੇ ਟਰੈਕਟਰ ਦੇ ਨੇਗੇ ਅਤੇ ਬਾਕੀ ਇਹਨਾਂ ਦਾ ਕੰਮ ਕਾਰ ਦਿਖਾਉਣੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਗੱਲਾਂ ਬਾਤਾਂ ਅਤੇ ਆਪਣਾ ਭਰਾ ਕਰਨ ਹੈ ਉਰੇ ਅਤੇ ਉਹਨਾਂ ਦੇ ਫਾਦਰ ਨੇਗੇ ਮਹਿੰਦਰ ਸਿੰਘ ਜੀ ਅਤੇ ਇਹਨਾਂ ਦੇ ਨਾਮ 'ਤੇ ਤੁਹਾਡੇ ਆਪਣੇ ਨਾਮ 'ਤੇ ਚੱਲਦੇ ਜੀ ਸਾਰੀ ਮੇਰੇ ਨਾਮ 'ਤੇ 40 ਸਾਲ ਹੋ ਗਏ 40 ਸਾਲ ਹੋ ਗਏ ਜੀ ਇਹ ਟਰੈਕਟਰਾਂ ਦੀ ਤਿਆਰ ਕਰ ਰਹੇ 1980 ਤੋਂ ਸ਼ੁਰੂ ਕੀਤਾ ਸੀ ਕੰਮ ਛੋਟਾ ਜਿਹਾ ਅੱਛਾ ਜੀ ਹੌਲੀ ਹੌਲੀ ਜਿਵੇਂ ਜਿਵੇਂ ਡਿਮਾਂਡ ਆਏਗੀ ਉਸ ਤਰ੍ਹਾਂ ਤਿਆਰ ਕਰੀਏ ਉਸ ਤਰ੍ਹਾਂ ਹੀ ਕੰਮ ਵਧਾਈ ਗਏ ਉਸ ਟਾਈਮ ਅਸੀਂ ਸ਼੍ਰੀਨਗਰ ਤੋਂ ਲੈ ਕੇ ਮਦਰਾਸ ਤੱਕ ਸਪਲਾਈ ਕਰ ਰਹੇ ਹਾਂ ਸ਼ੁਰੂਆਤ ਕਿਸ ਚੀਜ਼ ਨਾਲ ਕੀਤੀ ਸੀ ਜੀ ਪਹਿਲਾਂ ਛਤਰੀ ਤੋਂ ਕਿਹੜੀ ਕੰਪਨੀ ਵਾਲੀ ਪੁਰਾਣਾ ਮਾਡਲ ਛਤਰੀ ਪਾਈਪਾਂ ਵਾਲੀ ਹੁੰਦੀ ਸੀ ਪਤਲੇ ਪਾਈਪਾਂ ਹਾਂਜੀ ਹਾਂਜੀ ਉਹ ਤੋਂ ਸ਼ੁਰੂ ਕਰੀ ਸੀ ਇੱਕ ਟਰੈਕਟਰ ਤੋਂ ਉਤਾਰ ਕੇ ਨਕਲ ਮਾਰ ਕੇ ਉਹਦੀ ਸ਼ੁਰੂ ਕਰੀ 1980 ਅੱਛਾ ਜੀ ਫਿਰ ਅਸੀਂ ਲੈ ਕੇ ਏਜੰਸੀ 'ਚ ਗਏ ਛਤਰੀ ਉਹ ਕਹਿੰਦੇ ਵੀ ਸਾਡੇ ਟਰੈਕਟਰ ਨੂੰ ਚਾਰ ਚਾਰ ਚੀਜ਼ਾਂ ਲੱਗਦੀਆਂ ਨੇ ਅੱਛਾ ਜੀ ਛਤਰੀ ਬੰਪਰ ਬੈਕ ਸੀਟ ਆਰ ਐਫ ਡੰਡੇ ਮਰਗਾਟਾਂ ਦੇ ਸਵਰਾਜ ਦੇ ਫਿਰ ਹੌਲੀ ਹੌਲੀ ਉਹ ਤਿਆਰ ਕਰਿਆ ਫਿਰ ਮਹਿੰਦਰਾ ਟਰੈਕਟਰ ਏਜੰਸੀਆਂ ਨਾਲ ਵਾਹ ਪਿਆ ਉਹ ਕਹਿੰਦੇ ਸਾਨੂੰ ਹੁੱਕਾਂ ਡਰਾਈਵਰਾਂ ਵੀ ਚਾਹੀਦੀਆਂ ਨੇ ਅੱਛਾ ਜੀ ਫਿਰ ਉਹ ਵੀ ਹੌਲੀ ਹੌਲੀ ਗੋਬਿੰਦਗੜ੍ਹ ਤੋਂ ਦੇਖ ਕੇ ਸਾਰਾ ਕਰਕੇ ਸੀ ਹੌਲੀ ਹੌਲੀ ਗੋਬਿੰਦਗੜ੍ਹ ਤੋਂ ਪਲੇਟਾਂ ਲਿਆ ਕੇ ਸੈਂਪਲ ਬਣਾ ਕੇ ਹੌਲੀ ਹੌਲੀ ਕਰਕੇ ਅਸੀਂ ਇੱਥੇ ਪਹੁੰਚਿਆ ਨਹੀਂ ਇਹ ਜਿਵੇਂ ਹੁਣ ਤੁਹਾਡਾ ਮਾਲ ਕੰਪਨੀਆਂ 'ਚ ਵੀ ਜਾਂਦਾ ਜਿਹੜਾ ਤੁਸੀਂ ਉਰੇ ਤਿਆਰ ਕੀਤਾ ਸਾਡਾ ਕੰਪਨੀਆਂ 'ਚ ਵੀ ਜਾਂਦਾ ਮੈਸੀ ਨੂੰ ਜਾਂਦਾ ਅੱਛਾ ਜੀ ਐਸ਼ਰ ਨੂੰ ਠੀਕ ਹੈ ਜੀ ਬਾਕੀ ਜ਼ਿਆਦਾ ਕਰਕੇ ਅਸੀਂ ਜਿਹੜਾ ਸਮਾਨ ਬਣਾਉਂਦੇ ਡੀਲਰਾਂ ਨੂੰ ਦਿੰਦੇ ਹਾਂ ਜਿਹੜਾ ਟਰੈਕਟਰ ਦੇ ਸਮਾਨ ਨਹੀਂ ਲੱਗ ਕੇ ਆਉਂਦਾ ਠੀਕ ਹੈ ਜੀ ਕੰਪਨੀਆਂ ਨਹੀਂ ਲਾ ਕੇ ਦਿੰਦੀਆਂ ਹਾਂਜੀ ਹਾਂਜੀ ਉਹਦੇ ਬਿਨਾਂ ਟਰੈਕਟਰ ਧੂਰਾ ਹੈ ਹਾਂਜੀ ਉਹ ਇਸ ਕਰਕੇ ਉਹ ਸਾਡੇ ਤੋਂ ਮਾਲ ਲੈਂਦੇ ਨੇ ਸਾਰੇ ਓਕੇ ਜੀ ਓਕੇ ਚਲੋ ਆਪਾਂ ਦੇਖਦੇ ਹਾਂ ਨਾਲੇ ਤੁਹਾਡੇ ਨਾਲ ਜਾਣਕਾਰੀ ਲੈਂਦੇ ਵੀ ਕੀ ਸਮਾਨ ਮੇਨ ਮੈਂ ਬਾਹਰ ਦੇਖ ਰਿਹਾ ਜੀ ਛਤਰੀਆਂ ਦੇ ਯੂ ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਛਤਰੀਆਂ ਦਾ ਛਤਰੀਆਂ ਪਹਿਲਾਂ ਦੂਜੀਆਂ ਬਣਦੇ ਸੀ ਮੋਟੇ ਵੈਪ ਵਾਲੀਆਂ ਇਹ ਹੁਣ ਹੌਲੀ ਹੌਲੀ ਕਰਕੇ ਫਾਈਬਰ ਆਣੀ ਸ਼ੁਰੂ ਹੋ ਗਈਆਂ ਨੇ ਹਾਂਜੀ ਉਹ ਵੀ ਸਾਨੂੰ ਤਕਰੀਬਨ 5 ਸਾਲ ਹੋ ਕੇ ਬਣਾਉਂਦੇ ਹਨ ਠੀਕ ਹੈ ਜੀ ਅਤੇ ਸਭ ਤੋਂ ਪਹਿਲਾਂ ਸ਼ੁਰੂਆਤ ਤੋਂ ਹੀ ਆਪਾਂ ਕਰਦੇ ਹਾਂ ਕਿ ਇਹ ਪਈਆਂ ਨੇ ਟਰਾਵਲਾਂ ਅਤੇ ਛਤਰੀਆਂ ਦੇ ਹੁੱਕਾਂ ਪਈਆਂ ਨੇ ਇਹ ਪਲੇਟਾਂ ਛਤਰੀਆਂ ਠੀਕ ਹੈ ਜੀ ਉਹ ਫਰੰਟ ਬੇਟ ਠੀਕ ਹੈ ਜੀ ਛਤਰੀ ਫਾਈਬਰ ਦੇ ਸ਼ੀਸ਼ੇ ਵਾਲੇ ਪਾਈਪ ਸ਼ੀਸ਼ੇ ਵਾਲੇ ਪਾਈਪ ਸਾਰੇ ਤਰ੍ਹਾਂ ਦੀਆਂ ਹੁੱਕਾਂ ਠੀਕ ਹੈ ਜੀ ਇਹਨਾਂ ਜੇ ਆਪਾਂ ਲਾਈਏ ਵੀ ਕਿਹੜੇ ਹਿਸਾਬ ਨਾਲ ਆਪਾਂ ਇਹਦਾ ਰੇਟ ਰੱਖ ਦੇਵਾਂਗੇ ਅਸੀਂ ਤਕਰੀਬਨ ਵੇਟ ਦੇ ਹਿਸਾਬ ਨਾਲ ਹੀ ਰੇਟ ਕੱਢੇ ਅੱਛਾ ਜੀ ਜਿਵੇਂ ਜਿੰਨਾ ਭਾਰ ਹੈਗਾ 125 ਰੁਪਏ ਕਿਲੋ ਕੁਛ ਵੀ ਹਾਂ ਜਿਹੜੀਆਂ ਹੁੱਕਾਂ ਬੰਪਰ ਪਲੇਟਾਂ ਵਾਲੇ ਭਾਰੀ ਜੋ ਵੀ ਹੈਗਾ ਸਪੈਸ਼ਲ ਹੁੱਕਾਂ ਬਣਾਉਣੀਆਂ ਨੇ 125 ਰੁਪਏ ਕਿਲੋ 125 ਰੁਪਏ ਕਿਲੋ ਇਹਦਾ ਰੇਟ ਹੈਗਾ ਜਿਹੜਾ ਮੇਨ ਹੈਗਾ ਅਤੇ ਬਾਕੀ ਜਿਵੇਂ ਟਰਾਵਲ ਹੈ ਵੀ 125 ਇਹ 1000 ਰੁਪਏ ਦੀ ਇੱਕ ਇਹ ਪੀਸ ਦੇ ਹਿਸਾਬ ਨਾਲ ਇਹ ਪੀਸ ਦੇ ਹਿਸਾਬ ਨਾਲ ਠੀਕ ਹੈ ਜੀ ਅਤੇ ਫਾਈਬਰ ਛਤਰੀਆਂ ਵੀ ਤੁਸੀਂ ਉਰੇ ਬਣਾਉਣੇ ਹੋ ਅੱਛਾ ਜੀ ਇਹ ਫੋਰ ਸਟਾਰ ਹੈ ਇਹ ਛਤਰੀ
ਅੱਛਾ ਜੀ ਇਹ ਸਟਾਰ ਦਾ ਕੀ ਚੱਕਰ ਹੁੰਦਾ ਜੀ ਜਿਵੇਂ ਅਸੀਂ ਆਪਣੇ ਨਾਂ ਰੱਖੇ ਹੋਏ ਅੱਛਾ ਜੀ ਜਿੱਦਾਂ ਵੀ ਪਛਾਣ ਰੱਖੀ ਵੀ ਅਸੀਂ ਆਹ 3 ਸਟਾਰ ਇੰਡੀਕੇਟਰ ਨਾਮ ਰੱਖੇ ਹੋਏ ਨੇ ਅਸੀਂ ਆਪਣੇ ਰੱਖੇ ਹੋਏ ਨੇ ਅੱਛਾ ਜੀ ਭੁਲੇਖਾ ਨਹੀਂ ਪੈਂਦਾ ਸਾਨੂੰ ਵੀ ਨਹੀਂ ਪੈਂਦਾ ਅੱਗੇ ਗਾਹਕਾਂ ਨੂੰ ਵੀ ਨਹੀਂ ਪੈਂਦਾ ਠੀਕ ਹੈ ਦੁਕਾਨਦਾਰਾਂ ਨੂੰ ਵੀ ਨਹੀਂ ਪੈਂਦਾ ਠੀਕ ਹੈ ਵੀ ਉਹਦੇ ਹਿਸਾਬ ਨਾਲ ਅਸੀਂ ਇਹਨਾਂ ਦੇ ਨਾਮ ਰੱਖੇ ਹੋਏ ਨੇ ਇਹ ਛਤਰੀ ਦੀ ਬਸ ਮੈਂ ਮੋਟਾ ਮੋਟਾ ਇਹ ਪੁੱਛੂੰਗਾ ਵੀ ਇਹਦੇ ਛਤਰੀਆਂ ਬਾਰੇ ਵੀ ਸਟਾਰਟਿੰਗ ਕਿੰਨੇ ਤੋਂ ਹੁੰਦੀ ਹੈ ਜੀ ਅਤੇ ਜਾਂਦੀ ਕਿੰਨੇ ਤੱਕ ਸਟਾਰਟਿੰਗ 8500 ਰੁਪਏ ਦੇ 8500 ਤੋਂ ਹੁੰਦੀ ਹੈ ਜਿਹੜੀ ਜੌਂਡੀਅਰ ਦੀ ਹੁੰਦੀ ਹੈ ਛੋਟੇ ਵਾਲੀ ਜੋ ਬਾਹਰ ਟਰੈਕਟਰ ਨੂੰ ਲੱਗੇਗੀ ਹੁਣ ਠੀਕ ਹੈ ਜੀ ਦੇਖ ਦਿਖਾ ਦਾਂਗੇ ਠੀਕ ਹੈ ਉਸ ਤੋਂ ਬਾਅਦ ਇੱਕ ਉਹ ਤੋਂ ਬਾਅਦ ਹੋਲੈਂਡ ਟਾਈਪ ਦੀ ਹੈ ਹਾਂਜੀ ਉਹ 9500 ਦੀ ਠੀਕ ਹੈ ਜੀ 9500 ਤੋਂ ਬਾਅਦ ਇੱਕ ਆ ਫਿਰ ਇਹ ਤੋਂ ਬਾਅਦ 3 ਸਟਾਰ ਆ ਜਾਂਦਾ ਠੀਕ ਹੈ ਜੀ ਗੋਲ ਇੰਡੀਕੇਟਰ ਵਾਲੀ ਹਾਂਜੀ ਇਹ 13000 ਇਹ 13000 ਰੁਪਏ ਦੀ ਛਤਰੀ ਹੈ ਇਹ 4 ਸਟਾਰ 14000 ਠੀਕ ਹੈ ਜੀ ਇਹਦਾ ਹੋਰ ਹੁੰਦੀ ਹੈ ਪੰਨੀ ਇਹ 5 ਸਟਾਰ ਹੈ ਅੱਛਾ ਜੀ ਇਹ 16000 ਰੁਪਏ ਸਾਰਾ ਸਮਾਨ ਲਾ ਕੇ ਬਾਕੀ ਲਾਈਟਾਂ ਦੀ ਤਾਂ ਸਾਰੀ ਐਕਸੈਸਰੀ ਹੈ ਪ੍ਰੋਜੈਕਟਰ ਲੱਗੇ ਨੇ ਇਹ ਲਾਈਟ ਇਹ ਛਤਰੀ ਹੈਗੀ ਹੈ 16000 ਦੀ ਇਹ ਯੂ ਵੀ ਇਹ ਵਾਲੀ ਲੱਗੂ ਯੂ ਇਹ ਫੋਲਡਿੰਗ ਦਾ 1000 ਰੁਪਇਆ ਲੱਗ ਗਿਆ ਇਹਦਾ ਜੇ ਫੋਲਡਿੰਗ ਵਾਲਾ ਤਾਂ ਉਹਦਾ 1000 ਰੁਪਇਆ ਲੱਗ ਗਿਆ ਜੇ ਸਿੰਪਲ ਹੈ ਉਹਦਾ 1000 ਰੁਪਇਆ ਪਰ ਪ੍ਰੋ ਚੱਲ ਰਹੀ ਹੈ ਐਲਈਡੀ ਹਾਂਜੀ ਉਹ 8000 ਰੁਪਏ ਦੀ 8000 ਰੁਪਏ ਦੀ ਕੱਲੀ ਆ ਜਿਹੜੀ ਉੱਤੇ ਦੀ ਲਾਈਟ ਹੈਗੀ ਠੀਕ ਹੈ ਜੀ ਜੋ ਮਰਜ਼ੀ ਫੀਡ ਕਰ ਲਓ ਹਾਂਜੀ ਆਪਣਾ ਨਾਮ ਕਰ ਲਓ ਗੋਦ ਕਰ ਲਓ ਜੋ ਮਰਜ਼ੀ ਮੋਬਾਈਲ ਠੀਕ ਹੈ ਠੀਕ ਹੈ ਜੀ ਫੋਨ ਨਾਲ ਅਟੈਚ ਹੋ ਜਾਂਦੀ ਅਤੇ ਤੁਹਾਡਾ ਇਹ ਐਪ 'ਤੇ ਚੱਲਦੀ ਹੋਊਗੀ ਹਾਂ ਠੀਕ ਹੈ ਜੀ ਪਹਿਲਾਂ ਆਹ ਵਾਲੀ ਛਤਰੀਆਂ ਦਾ ਬਹੁਤ ਟ੍ਰੈਂਡ ਆਇਆ ਸੀ ਜਿਹੜੀ ਕੱਪੜੇ ਵਾਲੇ ਤੋਂ ਬਾਅਦ ਇਹ ਸ਼ੁਰੂ ਕਰੀਆਂ ਸੀ ਹਾਂ ਹਾਂ ਉਹ ਫੋਲਡ ਹੋ ਜਾਂਦੀਆਂ ਸੀਗੀਆਂ ਇਹ 20 ਸਾਲ ਹੋ ਗਏ ਇਹਨਾਂ ਨੂੰ ਸ਼ੁਰੂ ਕਰਨ ਨੂੰ ਸਾਡੇ ਅੱਛਾ ਜੀ 20 ਸਾਲ ਹੋ ਗਏ ਜੀ ਕਾਰਡ ਅਸੀਂ ਗੱਡੀ ਬਣਾਏ ਅੱਛਾ ਜੀ ਅਤੇ ਆਹ ਕੀ ਚੀਜ਼ ਹੈ ਜੀ ਇਹ ਬੰਪਰਾਂ ਦੇ ਵੇਟ ਨੇ ਜਿਹੜੇ ਜੌਂਡੀਅਰ ਨੂੰ ਜਾਂ ਕਬੋਟਾਂ ਨੂੰ ਲੱਗਦੇ ਨੇ ਇਹ ਮੂਹਰੇ ਵੇਟ ਲੱਗਦੇ ਨੇ ਇਹ ਫਰੰਟ ਹੋ ਗਿਆ ਨਾ ਇਹ ਇਹਦੇ ਵਿੱਚ ਰੱਖਿਆ ਜਾਂਦਾ ਵਜਨ ਵਧਾਉਣ ਵਾਸਤੇ ਠੀਕ ਹੈ ਜੀ ਅੱਗੇ ਵੇਟ ਜਿੰਨਾ ਮਰਜ਼ੀ ਪਾ ਲਓ ਵੇਟ ਹੀ ਵੇਟ ਕਰ ਸਵਰਾਜ ਦਾ ਠੀਕ ਹੈ ਜੀ ਇਹ ਵੀ ਇੱਧਰ ਵੇਟ ਹੀ ਪਏ ਨੇ ਇਹ ਫਿਰ ਜਿਵੇਂ ਕੰਪਨੀ ਏਜੰਸੀ ਨਹੀਂ ਦਿੰਦੀ ਨਾਲ ਕੰਪਨੀ ਨਹੀਂ ਦਿੰਦੀ ਨਾਲ ਬੰਪਰ ਕਈ ਵਾਰ ਇਹ ਦੇਣਦੀ ਹੈ ਜੀ ਨਹੀਂ ਦਿੰਦੀ ਕੋਈ ਗਾਹ ਛੱਡਦਾ ਠੀਕ ਹੈ ਜੀ ਸੇਮ ਉਹੀ ਟਰੈਕਟਰਾਂ ਦੇ ਜਿਹੜੇ ਕਲਰ ਆਉਂਦੇ ਨੇ ਉਹੀ ਕਲਰ ਬੰਪਰ ਵਾਲੇ ਕੀਤੇ ਹੋਏ ਨੇ ਸਾਨੂੰ ਸੇਮ ਕਰਨਾ ਪੈਂਦਾ ਨਵੇਂ ਟਰੈਕਟਰ ਦਾ ਸਮਾਨ ਲੱਗਦਾ ਠੀਕ ਹੈ ਜੀ ਠੀਕ ਹੈ ਤਾਂ ਕਰਕੇ ਤੁਹਾਨੂੰ ਸੇਮ ਕੀ ਹੈ ਜੀ ਇਹਦੇ ਵਿੱਚ ਇਹ ਟੈਂਕੀ ਬਣੀ ਹੈ ਜੌਂਡੀਅਰ ਦੀ ਜੌਂਡੀਅਰ ਦੀ ਟੈਂਕੀ ਹੈ ਇਹ ਟੈਂਕੀ ਅੱਗੇ ਫਰੰਟ ਅੱਛਾ ਜੀ ਫਰੰਟ ਦੇ ਬੰਪਰ ਤੂੜੀ ਵਾਲੇ ਦੀ ਚੱਲਦਾ ਹੈਗਾ ਹਾਂ ਤੇਲ ਦੀ ਜ਼ਰੂਰਤ ਜ਼ਿਆਦਾ ਪੈਂਦੀ ਹੈ ਹਾਂਜੀ ਉਹਦੇ ਕਰਕੇ ਫਿਰ ਇਹ ਤੇਲ ਆ ਜਾਂਦਾ ਜਾਂ ਮੇਰੀ ਪੂਰੀ ਟੈਂਕੀ ਬੰਪਰ ਦਾ ਬੰਪਰ ਟੈਂਕੀ ਦੀ ਟੈਂਕੀ ਟੈਂਕੀ ਇਹ ਪਰੇਡ ਵਾਲੇ ਬੰਪਰ ਆ ਠੀਕ ਹੈ ਜਿਹਨੂੰ ਧੱਕੇ ਵਾਲੇ ਕਹਿੰਦੇ ਨੇ ਹਾਂ ਇਹ ਧੱਕੇ ਵਾਲੇ ਇਹ ਮੈਂ ਪਹਿਲਾਂ ਲੈ ਕੇ ਵੀ ਲਿਆ ਇਹ ਸਾਰੇ ਟੈਂਕਰ ਵਾਲੇ ਇਹ ਇੱਕ ਪਹਿਲਾਂ ਅਸੀਂ ਲਾਇਆ ਵੀ ਹੈ ਜੀ ਇੱਧਰ ਜਿਵੇਂ ਹੁਣ ਅੱਗੇ ਇਹਨਾਂ ਦਾ ਜਿੱਥੇ ਵਰਕਸ਼ਾਪ ਹੈ ਇੱਥੇ ਰੋਲਾ ਹੀ ਪੈਣਾ ਪੂਰਾ ਇੱਥੇ ਰੋਲਾ ਹੀ ਪੈਣਾ ਕੁਛ ਨਹੀਂ ਰੋਣਾ ਮੈਂ ਇਕੱਲਾ ਰੋਲਾ ਹੀ ਦਿਖਾ ਰਿਹਾ ਤੁਹਾਨੂੰ ਪੂਰੇ ਸਾਰੀਆਂ ਚੀਜ਼ਾਂ ਤਿਆਰ ਹੁੰਦੀਆਂ ਨੇ ਇਹ ਫੈਕਟਰੀ ਹੈ ਪੇਂਟ ਦਾ ਕੰਮ ਹੁੰਦਾ ਹੈਗਾ ਅਤੇ ਮੈਂ ਦੇਖ ਰਿਹਾ ਸਵਰਾਜ ਦਾ ਬਹੁਤ
ਦੇ ਬੰਪਰ ਪੈਕ ਹੋ ਰਹੇ ਨੇਗੇ ਅਤੇ ਜਿਹੜੇ ਇੰਡੀਆ ਦੇ ਕੋਨੇ ਕੋਨੇ ਦੇ ਵਿੱਚ ਉਰੋਂ ਤਿਆਰ ਹੋ ਕੇ ਜਾਣੇ ਨੇਗੇ ਅਤੇ ਉੱਪਰ ਹੁਣ ਆਪਾਂ ਫਾਈਬਰ ਛੱਤਰੀਆਂ ਦੇਖ ਲਈਏ ਇਹ ਆਪਣੇ ਉਰੇ ਯੂ ਪਏ ਨੇਗੇ ਜੌਨ ਡੀਅਰ ਦੇ ਯੂ ਹਰੇਕ ਟਰੈਕਟਰ ਦਾ ਅਲੱਗ ਸਾਈਜ਼ ਹੁੰਦਾ ਅਤੇ ਉਸ ਹਿਸਾਬ ਨਾਲ ਹੀ ਇਹ ਅਲੱਗ ਅਲੱਗ ਬਣਦੇ ਨੇਗੇ ਅਤੇ ਉੱਪਰ ਆਪਾਂ ਹੁਣ ਦੇਖੀਏ ਫਾਈਬਰ ਛੱਤਰੀਆਂ ਲਓ ਜੀ ਪੂਰੇ ਫਾਈਬਰ ਤਿਆਰ ਹੁੰਦੀ ਹੈਗੀ ਠੀਕ ਹੈ ਜੀ ਅੱਠ ਆਲ ਇਨ ਟੈਪ ਦੀ ਅਤੇ ਜੌਨ ਡੀਅਰ ਲਈ ਤਿਆਰ ਕਰ ਰਹੇ ਹੋ ਇਹਨੂੰ ਇਹਦੀ ਵਾਇਰਿੰਗ ਵੂਇਰਿੰਗ ਸਾਰਾ ਕੁਝ ਫਿਟਿੰਗ ਕਰਕੇ ਕਰਕੇ ਜੀ ਸੁੱਚਾਂ ਲਾ ਕੇ ਐੱਲ ਈ ਡੀ ਲਾ ਕੇ ਸਾਰਾ ਸਮਾਨ ਕੰਪਲੀਟ ਕਰਕੇ ਦੇ ਪੱਖਾ ਲਾ ਕੇ ਲਾਈਟਾਂ ਠੀਕ ਹੈ ਜੀ ਕੋਈ ਬੰਦੇ ਨੂੰ ਕੁਛ ਨਾ ਕਰਨਾ ਪਵੇ ਬਾਅਦ 'ਚੋਂ ਠੀਕ ਹੈ ਜੀ ਅਤੇ ਅਲੱਗ ਅਲੱਗ ਜਿਵੇਂ ਆਹ ਮਾਡਲ ਪੂਰੇ ਪਏ ਨੇ ਆਪਾਂ ਜਿਹੜੀ 9500 ਦੀ ਕਹਿੰਦੇ ਸੀਗੇ ਉਹ ਆਹ ਵਾਲੀ ਹੈਗੀ ਠੀਕ ਹੈ ਜਿਹੜੀ ਉਹ ਜੌਨ ਡੀਅਰ ਦੇ ਲੱਕੜੀ ਆ ਅਤੇ ਆਹ ਨੀਚੇ ਜੀ ਫੋਰ ਸਟਾਰ ਆ ਜੀ ਇਹਦਾ ਇਹਦਾ ਵੇਟ ਦਾ ਕਿੰਨਾ ਕੁ ਫਰਕ ਹੁੰਦਾ ਹੈਗਾ ਜਿਵੇਂ ਕਈ ਵਾਰ ਨਾ ਜੀ ਟਰੈਕਟਰ ਦੇ ਮਗਰਾਟ ਹਿੱਲੇ ਜਾਂਦੇ ਨੇ ਨਾਲ ਉਹ ਮਗਰਾਟ ਹਿੱਲਦੇ ਨੇ ਜੀ ਸਵਰਾਜ ਦੇ ਜ਼ਿਆਦਾ ਹਿੱਲਦੇ ਨੇ ਉਹ ਕਿਉਂਕਿ ਅੱਜ ਕੰਪਨੀ ਨੇ ਨਾ ਉਹਦੇ ਚੱਦਰਾਂ ਦੀ ਗੇਜ ਘਟਾਤੀ ਅੱਛਾ ਜੀ ਹਲਕੇ ਕਰਦੇ ਆ ਅੱਛਾ ਜੀ ਪਾਏਦਾਨ ਵੀ ਮਡਗਾਟ ਵੀ ਸਵਰਾਜ 'ਚ ਬਹੁਤ ਜ਼ਿਆਦਾ ਕੰਮ ਰੇਟ ਆ ਰਹੀ ਹੈ ਠੀਕ ਹੈ ਹਲਕਾ ਮਾਲ ਕਰਦਾ ਉਹਦੇ ਕਰਕੇ ਮਗਰਾਟ ਹਿੱਲੇ ਜਾਂਦੇ ਨੇ ਜਦੋਂ ਛਤਰੀ ਹਿੱਲਦੀ ਆ ਝੋਲ ਮਾਰਦੀ ਆ ਉਦੋਂ ਕਰੈਕ ਹੋ ਜਾਂਦਾ ਹਾਂ ਸਮਝ ਗਏ ਨਹੀਂ ਜਿਵੇਂ ਆ ਜੇ ਆਪਾਂ ਹਲਕੀ ਲਾਉਣੀ ਜਾਂ ਭਾਰੀ ਲਾਉਣੀ ਉਹਦਾ ਕੋਈ ਚੱਕਰ ਤਾਂ ਨਹੀਂ ਉੱਪਰ ਛੱਤ ਦੇ ਫਰਕ ਪੈਂਦਾ 5-7 ਕਿਲੋ ਠੀਕ ਹੈ ਜੀ ਠੀਕ ਹੈ ਜੀ 5-7 ਕਿਲੋ ਦਾ ਫਰਕ ਪੈਂਦਾ ਬਾਕੀ ਅਲੱਗ ਅਲੱਗ ਮਾਡਲ ਸਾਰਾ ਕੁਝ ਤੁਹਾਨੂੰ ਉਰੋਂ ਮਿਲ ਜਾਣਾ ਹੈਗਾ ਵੈਸੇ ਪੂਰੇ ਇੰਡੀਆ 'ਚ ਜਾਂਦੀ ਹੈ ਸਪਲਾਈ ਹੁੰਦਾ ਹੀ ਇਹਨਾਂ ਦਾ ਮਾਲ ਪੂਰਾ ਬਹੁਤ ਵਧੀਆ ਕੰਮ ਜੀ ਇਹ ਬਿਨਾਂ ਪੇਂਟ ਕੀਤੀਆਂ ਜਿਵੇਂ ਛੱਤਰੀਆਂ ਪਹਿਲਾਂ ਜਦੋਂ ਤਿਆਰ ਕਰਨ ਤੋਂ ਬਾਅਦ ਇਹ ਬਾਅਦ 'ਚ ਜਿਵੇਂ ਜਿਵੇਂ ਔਡਰ ਹੁੰਦਾ ਜਿਹੜੀ ਚੀਜ਼ ਦਾ ਉਹੀ ਪੇਂਟ ਮਾਰ ਕੇ ਉਹੀ ਟਰੈਕਟਰ ਦੇ ਨਾਲ ਦਾ ਪੇਂਟ ਮਾਰ ਦਿੱਤਾ ਜਾਂਦਾ ਜੇ ਜਿਵੇਂ ਫੋਰਡ ਆ ਤਾਂ ਚਿੱਟੀ ਕਰ ਦਿੰਦੇ ਫਾਰਮ ਟਰੈਕ ਹੈ ਅਤੇ ਜੇ ਜੌਨ ਡੀਅਰ ਆ ਤਾਂ ਹਰੀ ਹੋ ਜਾਂਦੀ ਹੈ ਇਹੀ ਛੱਤਰੀਆਂ ਨੂੰ ਅਲੱਗ ਅਲੱਗ ਬੰਪਰ ਦੀ ਗਰਿੱਲ ਜਿਹੜੀ ਅੱਗੇ ਲੱਗਦੀ ਹੈ ਫਰੰਟ ਇਹ 7-55 ਦੇ ਆਉਂਦੇ ਕਿਹੜੇ ਲਿਆਉਂਦੇ ਜੀ ਇਹ ਬੰਪਰ ਦੀ ਗਰਿੱਲ ਜਿਹੜੀ ਸਭ ਦੇ ਲੱਗ ਜਾਂਦਾ ਸੀ ਬਕਸੇ ਵਾਲੇ ਦੇ ਉੱਤੇ ਲੱਗ ਜਾਂਦਾ ਅੱਛਾ ਜੀ ਸਾਰੀ ਆਪਦੇ ਹੱਥੀਂ ਕੱਲੀ ਕੱਲੀ ਚੀਜ਼ ਆਪਦੇ ਹੱਥੀਂ ਤਿਆਰ ਹੋ ਰਹੀ ਹੈ ਉਰੇ ਅਤੇ ਉਰੇ ਕੱਪੜੇ ਵਾਲੀਆਂ ਛੱਤਰੀਆਂ ਜਿਹੜੀਆਂ ਆਪਣੀਆਂ ਲਾ ਲਓ ਵੀ ਮੇਨ ਛੱਤਰੀਆਂ ਜਿੱਥੋਂ ਜਿਹੜੀ ਚੀਜ਼ਾਂ ਤੋਂ ਸ਼ੁਰੂਆਤ ਹੋਈ ਜੀ ਹਾਂਜੀ ਹਾਂ ਜਿਹੜੀਆਂ ਚੀਜ਼ਾਂ ਤੁਹਾਡੀ ਸ਼ੁਰੂਆਤ ਹੋਈ ਪਹਿਲਾਂ ਛੱਤਰੀ ਤੋਂ ਇੱਕ ਬੰਦਾ ਰੱਖਿਆ ਜੀ ਜਦੋਂ ਕੰਮ ਸ਼ੁਰੂ ਕੀਤਾ 1980 'ਚ ਅੱਛਾ ਜੀ ਬਾਕੀ ਸਾਰਾ ਕੰਮ ਆਪ ਕਰਦਾ ਹੁੰਦਾ ਜੀ ਰੰਗ ਦਾ ਪੇਂਟ ਦਾ ਬਿਲਡਿੰਗ ਪਏ ਮੋੜਨੇ ਪੱਤੀਆਂ ਖਰਾਬ ਮਾਰਨੇ ਸਾਰਾ ਠੀਕ ਹੈ ਜੀ ਅਤੇ ਕਿਵੇਂ ਲੱਗ ਰਿਹਾ ਫਿਰ ਉਰੇ ਤੱਕ ਆ ਕੇ ਪਹੁੰਚ ਕੇ ਇਹ ਤਾਂ ਸਾਡਾ ਛੋਟਾ ਜਿਹਾ ਪੁਰਾਣਾ ਹੋਇਆ ਸੀ 2 ਫੈਕਟਰੀਆਂ ਹੋਰ ਨਹੀਂ ਚੱਲੀਆਂ ਠੀਕ ਹੈ ਜੀ ਠੀਕ ਹੈ ਨਹੀਂ ਫਿਰ ਵੀ ਜਿਵੇਂ ਜੋ ਅੱਜ ਕਾਮਯਾਬੀ 40 ਸਾਲ ਦੀ ਮਿਹਨਤ ਤੋਂ ਬਾਅਦ ਕਿਵੇਂ ਫੀਲ ਹੁੰਦਾ ਜਿਹੜਾ ਕੰਮ ਮੈਂ 40 ਸਾਲ ਪਹਿਲਾਂ ਕਰਦਾ ਉਸ ਤਰੀ ਅੱਜ ਕਰਦਾ ਮੇਰੀ ਉਮਰ 61 ਸਾਲ ਦੀ ਹੈ ਹਾਂਜੀ ਹਾਂਜੀ ਲੱਗਦੀ ਨਹੀਂ ਹੈਗੀ ਹੌਸਲਾ ਨਹੀਂ ਹਾਰਦੇ ਠੀਕ ਹੈ ਮਿਹਨਤ ਮੁੱਖ ਪਹਿਲੇ ਦਾ ਹੱਥ ਨਹੀਂ ਮਿਹਨਤ ਠੀਕ ਹੈ ਕੰਮ ਨੂੰ ਕੰਮ ਦੀ ਕਦਰ ਕਰ ਰਹੇ ਹੋ ਹਲੇ ਤੱਕ ਅਤੇ ਅੱਜ ਛੱਤਰੀਆਂ ਇਹ ਵੀ ਕੱਪੜੇ ਵਾਲੀਆਂ ਛੱਤਰੀਆਂ ਸਾਰੀਆਂ ਇਹ ਅੱਜ ਕੱਲ੍ਹ ਜਿਵੇਂ ਕੱਪੜੇ ਦੀ ਛੱਤਰੀ ਜ਼ਿਆਦਾ ਕਿਹੜੇ ਏਰੀਆ 'ਚ ਜਾ ਰਹੀ ਹੈਗੀ ਸਾਰੇ ਜਾ ਰਹੇ ਜੀ ਸਾਰੇ ਫਾਈਬਰ ਤਾਂ ਆਪਣੇ ਤਕਰੀਬਨ ਪੰਜਾਬ 'ਚ ਜ਼ਿਆਦਾ ਲੱਗ ਰਹੀ ਹੈ ਅੱਛਾ ਜੀ ਬਾਕੀ ਸਭ ਕੱਪੜੇ ਵਾਲੀ ਕੱਪੜੇ ਵਾਲੀ ਲੱਗਦੀ ਹੈ ਡਿਮਾਂਡ ਨਿਕਲ ਰਹੀ ਹੈ ਯੂਪੀ ਐਮਪੀ 'ਚ ਤਮਿਲਨਾਡੂ ਕਰਨਾਟਕ ਆਂਧਰਾ 'ਚ ਮਹਾਰਾਸ਼ਟਰ ਉੱਥੇ ਡਿਮਾਂਡ ਨਿਕਲ ਰਹੀ ਹੈ ਫਾਈਬਰ ਦੀ ਠੀਕ ਹੈ ਜੀ ਠੀਕ ਹੈ ਆਰਡਰ ਆ ਰਹੇ ਨੇ ਆਰਡਰ ਹੋ ਗਿਆ ਠੀਕ ਹੈ ਅਤੇ ਸਾਰੀਆਂ ਕੱਪੜੇ ਵਾਲੀਆਂ ਅਤੇ ਇਹਦੇ ਵਿੱਚ ਵੀ ਟਰੈਕਟਰਾਂ ਦਾ ਫਿਰ ਹਿਸਾਬ ਨਾਲ ਬਣਦੀ ਹੈਗੀ ਤਿਆਰ ਹੁੰਦੀ ਤਾਂ ਸੇਮ ਸਾਰਿਆਂ ਦੇ ਲੱਗ ਜਾਂਦੀ ਕਢਾਈ ਦਾ ਫਰਕ ਹੁੰਦਾ ਕਢਾਈ ਦਾ ਫਰਕ ਹੁੰਦਾ ਠੀਕ ਹੈ ਕੋਈ 60 ਇੰਚੀ 64 ਇੰਚੀ 67 ਇੰਚੀ ਟਰੈਕਟਰ ਦੇ ਮਡਗਾਲ ਦੀ ਹਿਸਾਬ ਨਾਲ ਠੀਕ ਹੈ ਜੀ ਕੰਮ ਉਪਰੰਟ ਗਰੇਲ ਹੈ ਜਿਹੜੀ ਇਹ ਤਿਆਰ ਹੋ ਰਹੀ ਹੈ ਇਹਦੇ ਵਿੱਚ ਸਾਰੇ ਰੰਗ ਮਿਲ ਜਾਂਦੇ ਨੇ ਨੀਲਾ ਲਾਲ ਪੀਲਾ ਹਰਾ ਬੰਪਰ ਦੇ ਉੱਤੇ ਕਿੰਨੇ ਦੀ ਹੈ ਜੀ ਇਹ 500 ਰੁਪਏ ਠੀਕ ਹੈ ਅਤੇ ਇੱਧਰ ਕੱਪੜੇ ਦਾ ਛੱਤਰੀਆਂ ਦਾ ਕੱਪੜਾ ਤਿਆਰ ਹੁੰਦਾ ਹੈਗਾ ਸਾਰਾ ਕੰਮ ਅਸੀਂ ਆਪ ਹੀ ਤਿਆਰ ਕਰਦੇ ਟੋਟਲੀ A to Z ਸਾਰਾ ਕੁਝ ਉਰੀ ਹੈ ਇੱਕ ਜਗ੍ਹਾ 7 ਨੀਚੇ ਹੀ ਹੈ ਤੁਹਾਡੀ ਜਿਵੇਂ ਦੂਸਰੇ ਫੈਕਟਰੀਆਂ ਉੱਥੇ ਵੀ ਸਾਰਾ ਕੁਝ ਇਹੀ ਹੈਗਾ ਇਹੀ ਸਾਰਾ ਕੁਝ ਠੀਕ ਹੈ ਜੀ ਉੱਥੇ ਵੀ ਅਲੱਗ ਵਰਕਰ ਹੈਗੀ ਸਾਰਾ ਲੱਗ ਕੇ ਹਾਂ ਲੱਗ ਹੁੰਦਾ ਵਰਕਰ ਅਲੱਗ ਅਲੱਗ ਨੇ ਸਾਰੇ ਠੀਕ ਕੰਮ ਸੇਮ ਠੀਕ ਅਤੇ ਆਹ ਜੌਨ ਡੀਅਰ ਆਇਆ ਹੋਇਆ ਬਾਈ
ਇਹਦੇ ਵਿੱਚ ਛਤਰੀ ਜਿਵੇਂ ਕਈ ਨੇੜੇ ਤੇੜੇ ਵਾਲੇ ਹੁੰਦੇ ਨੇਗੇ ਉਹ ਛਤਰੀ ਉਹਨਾਂ ਲਗਵਾ ਲੈਂਦੇ ਨੇ ਅਤੇ ਇਹ ਫੋਲਡਿੰਗ ਵਾਲਾ ਪਾਈਪ ਹੈਗਾ ਇਹਦਾ 1000 ਰੁਪਏ ਦਾ ਫਰਕ ਹੁੰਦਾ ਦੂਸਰੀ ਛਤਰੀ ਅਤੇ ਇਹਦਾ ਅਤੇ ਜਿੰਨੀ ਵੀ ਆਹ ਛਤਰੀਆਂ ਨੇਗੇ ਫਾਈਬਰ ਵਾਲੀਆਂ ਇਹ ਜਿਵੇਂ ਪੈਕਿੰਗ ਹੋਈ ਵੀ ਹੋਏ ਨੇ ਬਕਸੇ ਦੇ ਵਿੱਚ ਇਹ ਪੈਕ ਹੋ ਕੇ ਜਾ ਰਹੀਆਂ ਨੇ ਬਾਈ ਇਹ ਅਲੱਗ ਅਲੱਗ ਇੰਡੀਆ ਦੇ ਅਲੱਗ ਅਲੱਗ ਕੋਨੇ ਦੇ ਵਿੱਚ ਜਿੱਥੋਂ ਜਿੱਥੋਂ ਡਿਮਾਂਡ ਆਉਂਦੀ ਹੈ ਉੱਥੇ ਉੱਥੇ ਇਹ ਪੈਕ ਹੋ ਕੇ ਉਰੋਂ ਛਤਰੀਆਂ ਜਾਂਦੀਆਂ ਨੇਗੀਆਂ ਪਿਆ ਨਾਮ ਇਹਨਾਂ ਦਾ ਮਹਿੰਦਰਾ ਸਮਾਣਾ ਜੀ ਮਹਿੰਦਰ ਸਿੰਘ ਜੀ ਦਾ ਬਹੁਤ ਵਧੀਆ ਸੁਭਾਅ ਹੈ ਜਦੋਂ ਕੋਈ ਸਕਸੈਸਫੁਲ ਬੰਦਾ ਹੁੰਦਾ ਨਾ ਉਹਨੂੰ ਮਿਲ ਕੇ ਬੜਾ ਖੁਸ਼ੀ ਮਿਲਦੀ ਹੈ ਯਾਰ ਬੰਦੇ ਨੇ 40 ਸਾਲ ਹਾਰਡ ਵਰਕ ਕੀਤਾ ਹੁੰਦਾ ਨਾ 40 ਸਾਲ ਹੁੰਦੇ ਉਹਨੇ ਹਾਰਡ ਵਰਕ ਕੀਤਾ ਇਹਨਾਂ ਦਾ ਤਜਰਬਾ ਦੇਖ ਰਿਹਾ ਸੀ ਵੀ ਹੁਣ ਵੀ ਕੰਮ ਦੀ ਉਨੀ ਹੀ ਲੱਗਣਾ ਇਹੀ ਹੁੰਦਾ ਯਾਰ ਬਿਜ਼ਨਸ ਅਤੇ ਬਾਕੀ ਬਾਈ ਦੁਕਾਨਾਂ ਉਰੇ ਬਹੁਤ ਨੇ ਮੋਡੀਫਿਕੇਸ਼ਨ ਦੀਆਂ ਛਤਰੀਆਂ ਦੀਆਂ ਸਮਾਣੇ ਦਾ ਬਾਈ ਐਂ ਲਾ ਲਓ ਵੀ ਇਹਦਾ ਗੜ ਬਣ ਗਿਆ ਟਰੈਕਟਰਾਂ ਦੇ ਜਿਵੇਂ ਛਤਰੀ ਮੋਡੀਫਿਕੇਸ਼ਨ ਦਾ ਜਾਂ ਕੋਈ ਹੋਰ ਜਿਵੇਂ ਹੁੱਕਾਂ ਬੰਪਰ ਬਹੁਤ ਸਾਰਾ ਸਮਾਨ ਐਂ ਲਾ ਲਓ ਜਿਹੜੀ ਆਹ ਲਾਈਨ ਹੈ ਨਾ ਸਮਾਣਾ ਸਾਰੇ ਸਿਰੇ ਤੱਕ ਐਂ ਲਾ ਲਓ ਘੱਟੋ ਘੱਟ 40 ਦੁਕਾਨਾਂ ਹੋਣਗੀਆਂ ਉਰੇ ਪਰ ਜਿਹੜੇ ਪੁਰਾਣੇ ਖੁੰਡ ਨੇ ਜਿਵੇਂ ਪੁਰਾਣੀਆਂ ਚੀਜ਼ਾਂ ਜਿਨ੍ਹਾਂ ਨੇ ਤਿਆਰ ਕੀਤੀਆਂ ਹੋਈਆਂ ਨੇ ਜਿਵੇਂ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਉਹਨਾਂ ਦੇ ਕੰਮ ਵੀ ਬਹੁਤ ਵਧੀਆ ਚੱਲ ਰਹੇ ਨੇਗੇ ਸਕਸੈਸਫੁਲ ਨੇ ਬੰਦੇ ਅਤੇ ਉਮੀਦ ਕਰਦੇ ਹਾਂ 40 ਸਾਲ ਤੱਕ ਜੇ ਜਿਉਂਦੇ ਰਹੇ ਆਪਾਂ ਵੀ ਤਰੱਕੀ ਕਰੀਏ ਬਾਈ ਹਾਰਡ ਵਰਕ ਕਰਦੇ ਰਹਿੰਦੇ ਹਾਂ ਬਸ ਸਟੈਪ ਬਾਏ ਸਟੈਪ ਅੱਗੇ ਵੱਧ ਰਹੇ ਹਾਂਗੇ ਸਾਰੇ ਵਧੋ ਸੰਗਰੂਰ ਜਾ ਕੇ ਮਿਲਦੇ ਹਾਂ ਬਾਈ ਹੁਣ ਛੇਤੀ ਆਪਾਂ ਕਹਿੰਦੇ ਆ ਦੇਖੋ ਆਪਣਾ ਬੈਲੀ ਅੱਜ ਕੁੜਤਾ ਪਜਾਮਾ ਪਾਈ ਫਿਰਦਾ ਬਦਮਾਸ਼ੀ ਕਰਦੇ ਫਿਰਦੇ ਹੋ ਕਿੱਥੇ ਜਾ ਕੇ ਅਸੀਂ ਘਰੇ ਪਾ ਗਏ ਸੀ ਵੱਡੇ ਦੇ ਗਏ ਸੀਗੇ ਅੱਛਾ ਕੁੜਤਾ ਪਜਾਮਾ ਪਾ ਕੇ ਜੁੱਤੀ ਨੀ ਪਾਈ ਹੋਈ ਜੁੱਤੀ ਆਹ ਦੇਖ ਆਹ ਸੋਹਣੇ ਪਾਈ ਫਿਰਦੇ ਜੁੱਤੀ ਅਤੇ ਦੇਖੀ ਬੰਪਰ ਆ ਗਏ ਦੋਨੇ ਇੱਕ ਤਾਂ 3000 ਵਾਸਤੇ ਲੱਗੇ ਜੇ 3000 ਦੇ ਸਹੀ ਲੱਗੇ 3000 ਦੇ ਲਾ ਦਿਓ ਨਹੀਂ ਫਿਰ ਆਪਣੇ ਆਹ ਜਿਹੜਾ ਉਹ ਟਰੈਕਟਰ ਤਿਆਰ ਹੋ ਰਿਹਾ ਜਗਰੂ ਪਾਈ ਵਾਲਾ ਉਹਦੇ ਲੱਗ ਜੂਗਾ ਹਾਂ ਸਿੰਪਲ ਵਾਲਾ ਬੰਪਰ ਆਹ ਦੂਸਰਾ ਬੰਪਰ ਇਹ ਮੈਂ ਜਾਣ ਕੇ ਸਿੱਧਾ ਲੈ ਕੇ ਆਏ ਨੇ ਕੋਈ ਬਰੀਦਾ ਕਰਵਾਇਓ ਕਰਵਾਓ ਤੁਸੀਂ ਤਾਂ ਬੰਪਰ ਕਢਵਾਇਓ ਤਾਂ ਹਾਲੀ ਗੱਲ ਯਾਰ ਸਾਫ਼ ਸਫਾਈ ਕਰਤੀ ਅੱਜ ਤਾਂ ਤੁਹਾਨੂੰ ਵਧੀਆ ਕਰਤਾ ਮੈਸੀ ਗੈਪ ਕਰਤਾ ਵੇ ਮੈਸੀ ਗੈਪ ਹੋ ਗਿਆ ਇਹ ਦੇਖੀ ਜ਼ਿਆਦਾ ਉੱਚਾ ਤਾਂ ਨਹੀਂ ਹੋਊਗਾ ਮਾੜਾ ਜਿਹਾ ਇਹਦੇ ਲਾ ਕੇ ਦੇਖਿਓ ਅਸੀਂ ਧਰਕੇ ਲਵੇ ਬਰਾਬਰ ਜੇ ਲਾ ਕੇ ਦੇਖ ਲਏ ਇਹਦੇ 'ਚ ਨਹੀਂ ਆ ਬਸ ਇਹਦੇ 'ਚ ਨਹੀਂ ਰਹੇ ਇਹ ਤੋਂ ਹੁਣ ਹੋਵੇ ਡਿਗਰੇ ਲੈਣਾ ਲੁਕੇ ਤਾਂ ਜਾ ਕੇ ਦੇਖੀ ਮਾੜਾ ਇਹਦੇ ਬਰਾਬਰ ਜੇ ਐਂ ਲਾ ਕੇ ਦੇਖ ਇਧਰਲੇ ਪਾਸੇ ਉਹ ਟਾਇਰ 'ਤੇ ਲੱਗ ਰਹੇ ਲੈ ਇਧਰਲੇ ਪਾਸੇ ਟਾਇਰ 'ਤੇ ਉਧਰ ਆਇਆ ਪ੍ਰੋਬਲਮ ਇਹਦੇ 'ਚ ਨਹੀਂ ਹੈ ਬਰਾਬਰ ਬਸ ਠੀਕ ਹੈ ਫਿਰ ਬਈ ਜ਼ਿਆਦਾ ਮੇਨ ਕਹਿਣ ਦਾ ਮਤਲਬ ਵੀ ਜ਼ਿਆਦਾ ਹੋਣਾ ਹੋਵੇ ਅਤੇ ਇੱਕ ਬੰਪਰ ਹੋਰ ਲੈ ਕੇ ਆਇਆ ਜਿਹੜਾ ਆਪਣੇ ਦੂਸਰੇ ਟਰੈਕਟਰ 'ਤੇ ਲੱਗਦਾ ਹੁੰਦਾ ਹੈਗਾ ਇਹ ਬਿਲਕੁਲ ਸਿੱਧਾ ਹੈਗਾ ਇਹ ਆਪਾਂ ਤਾਂ ਲੈ ਕੇ ਆਏਗੇ ਵੀ ਉਹਦੀ ਗਰਿੱਲ ਨਾ ਫਰੰਟ ਲੁੱਕ ਨਾ ਲੁਕੇ ਉਹਦੀ ਇਸੇ 'ਤੇ ਆਹ ਬੰਪਰ ਹੁੰਦਾ ਇਹ ਜਿਹੜਾ ਅਸਲੀ ਵਾਂਗੂ ਹੁੰਦਾ ਉਹ ਵਾਲਾ ਬੰਪਰ ਹੈ ਇਹ ਉਹੀ ਲੈ ਕੇ ਆਏਗਾ ਓਰੀਜਨਲ ਅਤੇ ਇਹ ਹਿੱਸੇ 'ਤੇ ਬੰਪਰ ਦਾ ਲਿਆਉਣ ਦਾ ਕਾਰਨ ਤੁਹਾਨੂੰ ਮੈਂ ਦੱਸਦਾ ਵੀ ਮੈਂ ਇਹ ਵੈਸੇ ਪਲੇਟ ਵਾਲੇ ਬੰਪਰ ਜਿੰਨੇ ਮਰਜ਼ੀ ਲੰਬੇ ਲਾ ਲਈਏ ਹੈ ਨਾ ਬਾਈ ਉਹ ਚੀਜ਼ ਜੋ ਮੈਨੂੰ ਹਰ ਵਾਰ ਐਂ ਹੁੰਦਾ ਵੀ ਆਪਾਂ ਕੁਛ ਨਵਾਂ ਐਕਸਪੈਰੀਮੈਂਟ ਕਰਕੇ ਦੇਖੀਏ ਨਵੀਂ ਕੁਛ ਬਣਾ ਕੇ ਦੇਖੀਏ ਚੀਜ਼ ਉਹਦੇ ਲਈ ਹੀ ਲੈ ਕੇ ਆਏਗੇ ਅਤੇ ਇਹਦਾ ਲਾਉਣ ਦਾ ਕਾਰਨ ਇਹ ਹੈ ਕਿ ਆਪਾਂ ਪਲੇਟ ਵਾਲਾ ਲਾਉਂਦੇ ਹਾਂ ਨਾ ਬਾਈ ਉਰੇ ਤੱਕ ਆ ਜਾਂਦਾ ਇੰਨਾ ਉੱਚਾ ਹੋ ਜਾਂਦਾ ਅਤੇ ਜਿਹੜੀ ਆਹ ਗਰਿੱਲ 'ਤੇ ਮਿਹਨਤ ਕੀਤੀ ਹੈ ਜਾਂ ਜਿਹੜੀ ਆਹ ਲੋਕਾਂ ਅਸਲ ਫੋੜ ਦਾ ਜਿਹੜੀ ਪਹਿਚਾਣ ਹੈ ਕਿ ਉਹ ਇਹੀ ਚੀਜ਼ ਹੈ ਨਾ ਇਹ ਚੀਜ਼ ਨੇ ਲੁਕ ਜਾਣਾ ਅੱਧਾ ਫਿਰ ਉਹਦਾ ਫਾਇਦਾ ਕੀ ਹੈਗਾ ਇਸ ਕਰਕੇ ਆਪਾਂ ਸਿੱਧਾ ਜਿਹਾ ਬੰਪਰ ਲੈ ਕੇ ਆਏ ਵੀ ਬੰਪਰ ਵੀ ਰਹਿ ਜਾਏ ਗੋਤ ਵੀ ਲਿਖਿਆ ਜਾਵੇ ਲੁੱਕ ਵੀ ਬਣ ਜਾਵੇ ਅਤੇ ਆਹ ਲੁੱਕ ਵੀ ਬਰਕਰਾਰ ਰਹੇ ਅਤੇ ਉਹ ਚੀਜ਼ ਆਪਾਂ ਇੱਕ ਵਾਰ ਲਾ ਕੇ ਦੇਖਾਂਗੇ ਪਤਾ ਲੱਗੂਗਾ ਕਿਵੇਂ ਦੀ ਲੁੱਕ ਬਣਦੀ ਹੈ ਅਤੇ ਇਹਦੇ ਵਿੱਚ ਨਟ ਬੋਲਟ ਵੀ ਹੈਗੇ ਨੇਗੇ ਟਰੈਕਟਰ ਆਹ ਤਿਆਰ ਹੋ ਚੁੱਕਿਆ ਹੈਗਾ ਇਹਦਾ ਇੰਜਨ ਲੱਗ ਚੁੱਕਿਆ ਰੇਡੀਏਟਰ ਲੱਗ ਚੁੱਕਿਆ ਹੈਗਾ ਇਹ ਆਪਣੇ ਭਰਾ ਦਾ ਹੈਗਾ ਜਗਰੂਪ ਭਾਈ ਦਾ ਉਹਦਾ ਅਤੇ ਇਹ ਟਰੈਕਟਰ ਤੁਹਾਨੂੰ ਕਿਹਾ ਸੀ ਸੀਕਰੇਟਲੀ ਅਸੀਂ ਤਿਆਰ ਕਰ ਰਹੇ ਹਾਂਗੇ ਉਹ ਚੀਜ਼ ਹੈਗੀ ਅਤੇ ਇਹ ਤੋਂ ਬਾਅਦ ਮੈਨੂੰ ਲਾ ਸਵਰਾਜ ਦੀ ਵਾਰੀ ਹੈ ਅਤੇ ਮੈਸੀ ਜਿਹੜਾ 135 ਹੈਗਾ ਉਹਦੇ ਅੱਜ ਕੰਮ ਮੈਂ ਤੁਹਾਨੂੰ ਦਿਖਾਉਣਾ ਹੈਗਾ ਕੀ ਕੁਛ ਹੋ ਗਏ 135 ਦੇ ਉੱਪਰੋਂ ਮਗਰਾਟ ਚੱਕ ਲਏ ਸੀਗੇ ਉੱਪਰੋਂ ਮਗਰਾਟ ਚੱਕ ਲਏ ਰਾਜਸਥਾਨ ਲਿਖਿਆ ਉੱਥੇ ਬਸ ਠੀਕ ਹੈ ਅਤੇ ਬਾਬੂ ਜੀ ਉਰੇ ਦੋ ਮਿੰਟ ਮੈਸੀ ਨੇ ਕੀ ਕੰਮ ਕੀਤੇ ਨੇ 135 ਦੇ ਉਹ ਦੱਸੇ ਬਣੇ ਮੈਸੀ ਦੇ ਟਾਇਰ ਕਿੱਧਰ ਰੱਖੇ ਮੇਰੇ ਬਾਹਰ ਕੱਢਦੇ ਅੱਛਾ ਇਹ ਸਾਰੇ ਪਾਰਟਸ ਇਹ ਤਾਂ ਇੰਜਨ ਹੋ ਗਿਆ ਹੈਗਾ ਜਿਹੜੀ ਉਹਦੀ ਬੈਕ ਹੰਡੀ ਦੇ ਵਿੱਚ ਕੀ ਕੁਛ ਸੀਗਾ ਇਹਦੀ ਲਿਫਟ ਕੈਜੀ ਹੁੰਦੀ ਹੈ ਜਿਹੜਾ ਲਿਫਟ ਦਾ ਪੰਪ ਹੁੰਦਾ ਬਸ ਠੀਕ ਹੈ ਇਹਦੇ ਬਾਰੇ ਬਾਈ ਇੱਕ ਵਾਰ ਹੁਣ ਸਾਰੇ ਕੰਮ ਜੇ ਕਰਵਾ ਕੇ ਇਕੱਲੀ ਡਿਟੇਲ ਦੇ ਵਿੱਚ ਮੈਸੇਜ ਦੀ ਵੀਡੀਓ ਅਲੱਗ ਬਣਾਵਾਂਗੇ ਅਤੇ ਇਹਦੇ ਐਕਸਲ ਕਿਵੇਂ ਨੇਗੇ ਐਕਸਲ ਵੀ ਠੀਕ ਹੈ ਕਰੰਟ ਕਰੋ ਕਰੰਟ ਵੀ ਨਹੀਂ ਠੀਕ ਪਿਆ ਇਹਦਾ ਓਰੀਜਨਲ ਹੁਣ ਤੱਕ ਕਿਵੇਂ ਠੀਕ ਪਿਆ ਫਿਰ ਪਾਏ ਨਹੀਂ ਕਿਤੇ
जमा कि टक तक नहीं है माड़ा जहा नशान तक नहीं है खेत लैके चल देंगे। वैसे तो इन्हू ना रेस देनी ज्यादा रैला ही हो रहा है। बस आप एक बार खेत चलते हैं सैडिया सूडिया जी होर काम होने वाले ने अपनी मोटर दिखा के लिया। जिन्नी सामभदा आप कद गेड़ा मारन की मैं अच्छा बस ऐसी आने के क्योंकि यार बैंक करके टाइम नहीं मिलता। बाकी गिनी का वधिया वधिया सीरियस लैके कर रहा काम इनू खेती वाले भी तो सारा कुछ भेती हो गया मुंडा हूँ का। तो अपना ये ट्रैक्टर पहले मैं दूर तो मोटर दिखा दा बकरैना बकरूना चल पी बड़ी डेकर डुकर जिन्हें भी निम ने हूँ तो वधिया। अगली बार गर्मी च बहुत छां होगी उ वधिया होजूगा काम अपना। तो यह जो ट्रैक्टर है आवाज़ ज़्यादा हो रही होगी तो करके मैं थोड़ा दूर तो गल करता रेडिएटर वगैरह इंजन किया सारे पार्ट्स पाए ने जोड़े ये आ पाए ना अपने स्पेंडल के हब फार्म ट्रैक 50 ही पाई हैगी है ये देखो कुछ लाने की लोड़ नहीं सीधा उपर हो गया कम से अपनी खेल है। वो ये उपर ना चढ़िया करो पैप के उत्ती नहीं चढ़ना अगे तो टुट जूगा जवाक जो बैठे थे उसे बोर्ड बोर्ड में मोटरसाइकिल बनाई बैठे थे। तो आप थोड़ी जी इस बारे गल कर ली क्या व्यू आ रहा है यार क्या नज़ारा। तो ये ट्रैक्टर यार है अपने जगरूपर वाला तो उन्होंने अपने ला लो भी प्रेम प्यार ला लो या बिचली अपने थोड़ा जहा खेती करता से उन्होंने क्योंकि उन्होंने काम घट से मकैनिकल जॉब वाले वैसे आप फटते ही नहीं है हाफ कम वाले क्योंकि उलझ जाता काम फिर तो इस करके बस चक्कते फटे अपने बाहर ही जल्दी जल्दी तेरा इंजन कंप्लीट हो गया है सारे जड़िया ये उस हिस्से पर अपने पावर नहीं किया सिंपल ओरिजिनल ही रखना सारा बस इन पेंट करना मगराट नमें लग जाएंगे टायर जे कहे ऑप्शन हैगी है काफ़ी तरह की 13 च भी रेडियल है गे जे 14 के पाने होने 14 के भी पा सकते हैं वो अपने को ऑप्शन हैगी जिम्मे मर्जी वो कहे उमें होजूगा बिच भी अपन अपना पेंटर भी ना बेला रहे उस करके तो ये यार जो स्पेंडल पाए ने फोर्थ के स्पेंडल टुटते हैं सब तो पहला जी हिस्से की जी प्रॉब्लम थी वो अपने अच्छा हब तो स्पेंडल फार्म ट्रैक 50 के यूज़ कर ले जो फार्म ट्रैक अफोर्ड 3600 की हब हैगी साइज़ का छोटा होंगे थोड़ा जहा तो हब थोड़ी जी साइज ऐ ला लो भी वो जो स्पेंडल होंगे स्पेंडल दे थोड़ा पतला होंगे 3600 वाला जोड़ा होंगे है तो जो फार्म ट्रैक वाला सीधा यदि हब का भी फर्क है तो यदा जो स्पेंडल है जिथे हब चढ़ती है वो चीज़ जितों टुटता होंगे 3600 वो चीज़ यदि हैगी मोटी ता करके अपने 50 की यूज़ की है पहले एक बार 60 की भी यूज़ की 60 के उत्ते बुश पाना पैंता से अपन बुश बना के क्योंकि वो लंबे ज़्यादा होंगे सके तो ये बिल्कुल सेम फिटिंग 50 की फार्म ट्रैक वाले
ਇਹ ਸਪੈਂਡਲ ਇਹਦੇ ਪੈ ਚੁੱਕੇ ਨੇਗੇ ਅਤੇ ਹੁਣ ਇਹਦਾ ਐ ਲਾ ਲਓ ਵੀ ਜਿਹੜਾ ਟੁੱਟਣ ਵਾਲਾ ਖਤਰਾ ਹੈਗਾ ਉਹ ਵੀ ਥੋੜ੍ਹਾ ਜਿਹਾ ਘੱਟ ਹੋ ਗਿਆ ਅਤੇ ਟੋਟਲੀ ਸਾਰਾ ਹਿੱਸੇ ਦਾ ਕੰਮ ਹੋਇਆ ਬੁਸ਼ ਲੱਗੇ ਨੇਗੇ ਇਹ ਚੀਜ਼ਾਂ 'ਤੇ ਵੀ ਮੈਂ ਸਪੈਸ਼ਲ ਇੱਕ ਵੀਡੀਓ ਜਲਦੀ ਬਣਾਊਂਗਾ ਵੀ ਤੁਹਾਨੂੰ ਜਦੋਂ ਕੋਈ ਟਰੈਕਟਰ ਸੈਕਿੰਡ ਹੈਂਡ ਟਰੈਕਟਰ ਲੈਂਦੇ ਹੋਗੇ ਜਾਂ ਕੋਈ ਕਹਿੰਦਾ ਸੈਕਿੰਡ ਹੈਂਡ ਨਹੀਂ ਮੋਡੀਫਾਈ ਕੀਤਾ ਹੋਇਆ ਵੀ ਇਹ ਸੈਕਿੰਡ ਹੈਂਡ ਆਪਾਂ ਸਸਤੇ 2-2.5 ਲੱਖ ਰੁਪਏ 'ਚ 3 ਲੱਖ ਰੁਪਏ 'ਚ ਆਪਾਂ ਦੇਖ ਰਹੇ ਹਾਂ ਕੋਈ ਅਤੇ ਉਹਦਾ ਕੀ ਕੰਮ ਹੋਣੇ ਜ਼ਰੂਰੀ ਨੇ ਵੀ ਜਿਹਨੂੰ ਜਿਹੜਾ ਫਿਰ ਮੰਨਿਆ ਜਾਊਗਾ ਵੀ ਹਾਂ ਇਹ ਮੋਡੀਫਾਈ ਹੈ ਜਾਂ ਇਹਦਾ ਰਿਪੇਅਰ ਹੋ ਕੇ ਜਾਂ ਰੀਬਿਲਡ ਕੀਤਾ ਹੋਇਆ ਜਾਂ ਐਂ ਲਾ ਲਓ ਵੀ ਦੁਬਾਰੇ ਤਿਆਰ ਕੀਤਾ ਹੋਇਆ ਹੈਗਾ ਉਹ ਚੀਜ਼ ਤਾਂ ਬਣੂਗੀ ਜਿਹੜੇ ਉਹ ਮੇਨ ਕੰਮ ਨੇ ਇਹਨਾਂ 'ਤੇ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਜਲਦੀ ਤੁਹਾਡੇ ਨਾਲ ਉਹ ਵਾਲੀ ਵੀਡੀਓ ਲੈ ਕੇ ਆਵਾਂਗੇ ਬਾਕੀ ਆਹ ਮੋਟਰ ਹੈ ਬਈ ਆਪਣੀ ਸਾਰੀ ਇੱਧਰ ਨੂੰ ਜ਼ਮੀਨ ਹੈ ਵੀਡੀਓ ਨੂੰ ਜ਼ਿਆਦਾ ਖਿੱਚ ਕੇ ਕੋਈ ਫਾਇਦਾ ਨਹੀਂ ਮੇਨ ਸਾਰੀਆਂ ਗੱਲਾਂ ਜੀ ਤੁਹਾਡੇ ਨਾਲ ਜਿਵੇਂ ਬੰਪਰ ਦੀ ਦਿਖਾਏ ਅਤੇ ਉਹ ਉਹਨਾਂ ਦਾ ਨੰਬਰ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈਗਾ ਡਿਸਕ੍ਰਿਪਸ਼ਨ 'ਚ ਤੁਸੀਂ ਨੰਬਰ ਦੇਖ ਲਿਓ ਮਹਿੰਦਰ ਵਾਲਿਆਂ ਦਾ ਅਤੇ ਉਹਨਾਂ ਨਾਲ ਜੇ ਕਿਸੇ ਨੇ ਗੱਲਬਾਤ ਕਰਨੀ ਹੈ ਸਾਰਾ ਕੁਝ ਤੁਹਾਡੇ ਹੈ ਨਾ ਵੀ ਕਿਸੇ ਨੇ ਕੋਈ ਛਤਰੀ ਖਰੀਦਣੀ ਹੈ ਕੁਛ ਵੀ ਖਰੀਦਣਾ ਹੈਗਾ ਅਤੇ ਉਹ ਚੀਜ਼ਾਂ ਖਰੀਦ ਸਕਦੇ ਹੋ ਤੁਸੀਂ ਅਤੇ ਇਸੇ ਤਰੀਕੇ ਨਾਲ ਬਸ ਪਿਆਰ ਬਣਾਈ ਰੱਖੋ ਬਾਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਯਾਰ 1,47,000 ਸਬਸਕ੍ਰਾਈਬਰ ਹੋ ਗਏ ਨੇ ਹੈ ਨਾ ਅਤੇ ਬਹੁਤ ਜਲਦੀ 1 ਸਾਲ 'ਚ ਤੁਸੀਂ 1.5 ਸਾਲ ਹੋਣ ਵਾਲਾ ਹੋ ਗਿਆ 1.5 ਸਾਲ 'ਚ ਯਾਰ ਇੰਨਾ ਪਿਆਰ ਉਮੀਦ ਨਹੀਂ ਸੀਗੀ ਅਤੇ ਬਹੁਤ ਸਾਰਾ ਦਿਲੋਂ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਅਤੇ ਇਸੇ ਤਰੀਕੇ ਨਾਲ ਬਾਈ ਬਸ ਪਿਆਰ ਬਣਾਈ ਰੱਖਿਓ ਆਪ ਮੈਂ ਵੀ ਇਸੇ ਤਰੀਕੇ ਨਾਲ ਤੁਸੀਂ ਸਟੈਪ ਬਾਏ ਸਟੈਪ ਦੇਖਿਆ ਵੀ ਆਪਾਂ ਮੇਰੀ ਜ਼ਿੰਦਗੀ ਦੇ ਰੰਗ ਜ਼ਿੰਦਗੀ ਦੀਆਂ ਖੇਡਾਂ ਸਟੈਪ ਬਾਏ ਸਟੈਪ ਤੁਸੀਂ ਦੇਖ ਰਹੇ ਹੋਗੇ ਵੀ ਪਹਿਲਾਂ ਕਿੱਥੋਂ ਸ਼ੁਰੂ ਕੀਤਾ ਸੀ ਆਪਾਂ ਨੇ ਨਾ ਜਿੱਥੇ ਆਪਣਾ ਪਲਾਟ ਸੀਗਾ ਘਰ ਆਪ ਹੀ ਤਿਆਰ ਕਰ ਰਹੇ ਸੀ ਆਪਾਂ ਪਲਾਟ ਦੇ ਨਾਲ ਇੱਕ ਹੋਰ ਪਲਾਟ ਲਿਆ ਉੱਥੇ ਭਰਤ ਪਾਈ ਉਹਨੂੰ ਉੱਚਾ ਚੱਕਿਆ ਫਿਰ ਇੱਕ ਅੱਧੇ ਸ਼ੈੱਡ ਪਾਇਆ ਹੁਣ ਪੂਰੇ ਸ਼ੈੱਡ ਹੋ ਗਿਆ ਇੱਕ ਇੱਕ ਚੀਜ਼ ਆਪਾਂ ਨੇ ਕਿਵੇਂ ਖਰੀਦ ਕੇ ਲਿਆਏ ਇਕੱਲੇ ਇਕੱਲੀ ਟੂਲ ਬਣਾਈ ਉਹ ਸਾਰੀਆਂ ਚੀਜ਼ਾਂ ਹੈ ਨਾ ਤੁਹਾਡੇ ਨਾਲ ਸਾਂਝੀ ਕੀਤੀਆਂ ਅਤੇ ਹੁਣ ਆਪਾਂ 1.5 ਸਾਲ 'ਚ ਆਪਾਂ ਥੋੜ੍ਹੇ ਜਿਹੇ ਐਂ ਲਾ ਲਓ ਵੀ ਵਧੀਆ 'ਚ ਐਂ ਲਾ ਲਓ ਵੀ ਸਾਰਾ ਸਿਸਟਮ ਆਪਣਾ ਸੈੱਟ ਹੋ ਚੁੱਕਿਆ ਹੈਗਾ ਪੈਰਾਂ 'ਤੇ ਖੜ੍ਹੇ ਹੋ ਚੁੱਕੇ ਹੈਗੇ ਇੱਕ ਬਿਜ਼ਨਸ ਆਪਣਾ ਅਲੱਗ ਡਿਵੈਲਪ ਹੋ ਚੁੱਕਿਆ ਹੈਗਾ ਅਤੇ ਇਹਨੂੰ ਹੋਰ ਆਪਾਂ ਮਿਹਨਤ ਕਰਕੇ ਕਿੱਥੇ ਤੱਕ ਲੈ ਕੇ ਜਾਂਦੇ ਹਾਂ ਉਹ ਦੇਖਣ ਵਾਲਾ ਹੋਊਗਾ ਬਾਈ ਬਾਕੀ ਤੁਹਾਡਾ ਸਾਰਿਆਂ ਦਾ ਪਿਆਰ ਦੇਖਦੇ ਹਾਂ ਕਦੋਂ ਤੱਕ ਤੁਸੀਂ ਸਾਰੇ ਇਸੇ ਤਰੀਕੇ ਨਾਲ ਜਦੋਂ ਤੱਕ ਤੁਸੀਂ ਸਪੋਰਟ ਕਰਦੇ ਰਹੋਗੇ ਇਸੇ ਤਰੀਕੇ ਨਾਲ ਮੈਂ ਵੀ ਬਾਈ ਕੰਮ ਕਰਦਾ ਰਹੂੰਗਾ ਅਤੇ ਅੱਗੇ ਵੱਧਦਾ ਰਹੂੰਗਾ ਅਤੇ ਇਸੇ ਤਰੀਕੇ ਨਾਲ ਪਿਆਰ ਬਣਾਈ ਰੱਖੋ ਬਾਈ ਮਿਲਦੇ ਹਾਂ ਅਗਲੀ ਵੀਡੀਓ ਵਿੱਚ।